ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ। ਜਿਵੇਂ ਕਿ ਆਪਣਾ ਹੋਇਆ ਆਪਾਂ ਹਿਸਾਬ ਕਿਤਾਬ ਇੱਕ ਰੱਖਿਆ ਹੋਇਆ ਕਿ ਦੋ ਤਿੰਨ ਆਪਾਂ ਸੀਰੀਜ਼ ਚਲਾਉਂਦੇ ਹਾਂ, ਇੱਕ ਤਾਂ ਟਰੈਕਟਰਾਂ ਦੀ ਚੱਲਦੀ ਹੈ, ਇੱਕ ਇੰਪਲੀਮੈਂਟਸ ਦੀ ਚੱਲਦੀ ਹੈ, ਇੱਕ ਖੇਤਾਂ ਵਾਲੀ ਚੱਲਦੀ ਹੈ, ਜੀਰੀ ਵਾਲੀ ਜਿਹੜੇ ਮੌਜੂਦਾ ਆਪਣੀ ਫਸਲ ਇਹਦੇ ਧਿਆਨ ਦੀ। ਵਕਤ ਗੱਲ ਕੀ ਹੈ ਕਿ ਹੁਣ ਜ਼ਿਮੀਂਦਾਰ ਆ ਇੱਕੇ ਗੱਲ ਤੋਂ ਮੇਨ ਡਰ ਰਹੇ ਨੇ, ਗੋਭ ਦੀ ਕੀੜੀ ਗੋਭ ਦੀ ਸੁੰਡੀ। ਉਹਦੇ 'ਤੇ ਵੀਡੀਓ ਅਧਾਰਤ ਹੈ। ਕੋਈ ਇਹਦੇ 'ਚ ਕਲੋਰੋ ਪਾਈ ਜਾਂਦਾ, ਕੋਈ ਇਹਦੇ 'ਚ ਰੀਜੈਂਟ ਪਾਈ ਜਾਂਦਾ, ਕੋਈ ਇਹ 'ਚ ਪਦਾਨ ਪਾਈ ਜਾਂਦਾ। ਪਹਿਲੀ ਗੱਲ ਆ ਜੀ, ਮੈਂ ਕਿਸੇ ਨੂੰ ਰੋਕਦਾ ਨਹੀਂ ਵੀ ਤੁਸੀਂ ਪਦਾਨ ਨਾ ਪਾਓ, ਰੀਜੈਂਟ ਨਾ ਪਾਓ। ਜੇ ਤੁਹਾਡੀ 8 ਕੁਇੰਟਲ ਦੀ ਨਿਕਲਦੀ ਹੈ, ਚਾਹੇ ਕੁਇੰਟਲ ਪਾ ਲਓ। ਖੇਤੀ ਕਿਸੇ ਵੀ ਸਟੈਂਡਰਡ ਦੇ ਹਿਸਾਬ ਨਾਲ ਨਹੀਂ ਚੱਲਦੀ, ਨਾ ਇਹ ਮੇਰੇ ਹਿਸਾਬ ਨਾਲ ਚੱਲਦੀ ਹੈ, ਤਾਂ ਤਜਰਬਿਆਂ ਦੇ ਹਿਸਾਬ ਨਾਲ ਚੱਲਦੀ ਹੈ, ਨਾ ਯੂਨੀਵਰਸਿਟੀ ਦੇ ਹਿਸਾਬ ਨਾਲ ਚੱਲਦੀ ਹੈ, ਬਿਲਕੁਲ ਹੀ ਨਹੀਂ ਚੱਲਦੀ। ਮੈਂ ਸਿਰਫ ਆਪਣਾ ਜਿਹੜਾ ਐਕਸਪੀਰੀਅੰਸ ਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਵੀ ਜਿਹੜਾ ਸਾਡਾ ਐਕਸਪੀਰੀਅੰਸ ਆ। ਦੇਖੋ ਜੀ, ਮੈਂ ਪਿਛਲੇ 4-5 ਸਾਲਾਂ ਤੋਂ ਪਦਾਨ ਨਹੀਂ ਪਾਉਂਦਾ, ਨਾ ਰੀਜੈਂਟ ਪਾਉਂਦੇ ਹਾਂ, ਨਾ ਕਲੋਰੋ ਪਾਉਂਦੇ ਹਾਂ। ਜਿਹੜੀ ਆ ਗਿਆ ਗੋਭ ਦੀ ਕੀੜੀ ਦਾ ਹਿਸਾਬ, ਜਿੱਥੇ ਤੱਕ ਸਵਾਲ ਆ ਵੀ ਗੋਭ ਦੀ ਕੀੜੀ ਤੋਂ ਆਪਾਂ ਡਰੀ ਜਾਂਦੇ ਹਾਂ, ਹਾਏ ਗੋਭ ਦੀ ਕੀੜੀ, ਪਹਿਲਾਂ ਤਾਂ ਮੈਂ ਇਹ 'ਚ ਥੋੜ੍ਹੀ ਜਿਹੀ ਹੋਰ ਗੱਲ ਜੋੜਦਾ, ਟਿਲਰਿੰਗ ਦੀ। ਮੈਂ ਇਹ ਜ਼ਰੂਰ ਤਜਰਬਾ ਕਰਕੇ ਦੇਖਿਆ, ਜਿੱਡਾ ਮਰਜ਼ੀ ਜੀਰੀ 'ਤੇ ਟਿਲਰਿੰਗ ਹੋਵੇ, ਜਿੱਡਾ ਮਰਜ਼ੀ ਉਹਦਾ ਫਟਾਰਾ ਹੋ ਜਾਵੇ, ਝਾੜ ਉਹਨੇ ਆਪਣੇ ਹਿਸਾਬ ਨਾਲ ਹੀ ਦੇਣਾ। ਛਿੱਟਾ ਕੁ ਉਨੇ ਉਹਨਾਂ ਨੂੰ ਇਹ ਲੱਗਣਾ ਜਿੰਨੇ ਕੁ ਨੂੰ ਲੱਗਣਾ। ਇਹ ਨਹੀਂ ਹੈਗਾ ਵੀ ਕੋਈ ਇਹ ਤਾਂ ਬੂਝਾ ਜਾਂ ਟਿੱਲਰ ਬੜਾ ਕਰਕੇ ਜੀਰੀ ਨੂੰ 10 ਕੁਇੰਟਲ ਦੀ ਕੱਢ ਲੂਗਾ, ਇਹ ਆਪਣੇ ਮਨਾਂ ਦੇ ਅੰਦਰ ਬਹੁਤ ਬੜਾ ਵਹਿਮ ਆ। ਇਹ ਮੇਰਾ ਐਕਸਪੀਰੀਅੰਸ ਆ, ਮੈਂ ਨਹੀਂ ਕਹਿੰਦਾ, ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਸਾਰੇ ਚੱਲਣ। ਜੇ ਕਿਸੇ ਨੂੰ ਲੱਗਦਾ ਵੀ ਟਿੱਲਰਿੰਗ ਜ਼ਿਆਦਾ ਹੋਣੀ ਚਾਹੀਦੀ ਆ, ਉਹ ਤਾਂ ਜ਼ਿਆਦਾ ਕਰ ਸਕਦਾ, ਕੋਈ ਚੱਕਰ ਨਹੀਂ। ਮੈਂ ਤਾਂ ਸਿਰਫ ਆਪਣਾ ਐਕਸਪੀਰੀਅੰਸ ਆ ਜਿਹੜਾ ਉਹ ਸਾਂਝਾ ਕਰਨਾ ਚਾਹੁੰਦਾ। ਫੋਰ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ, ਜਿਵੇਂ ਕਿ ਤੁਸੀਂ ਆਹ ਟਿੱਲਰ ਦੇਖ ਲਓ, ਆਹ ਜਿਹੜਾ ਟਿੱਲਰ ਹੈ ਇਹਦੇ ਵਿੱਚ ਜੇ 35 ਡੱਕਾ ਨੇ, ਡਾਲ ਨੇ, ਤਾਂ ਛਿੱਟਾ ਜਿਹੜਾ ਉਹ ਉਨੇ ਨੂੰ ਇਹ ਲੱਗਣਾ ਜਿੰਨਾ ਕੁਦਰਤੀ ਬੀਜ ਦਾ ਝਾੜ ਹੈ। ਉਦਾਹਰਨ ਦੇ ਤੌਰ 'ਤੇ ਜੇ ਮੰਨ ਕੇ ਚੱਲੋ ਆਹ ਤੁਸੀਂ ਦੇਖ ਰਹੇ ਹੋ ਮੇਰੀ ਵੀ ਗੋਭ ਦੀ ਕੀੜੀ ਹੈਗੀ ਆ, ਪਰ ਮੈਂ ਇਹਦੇ ਵਾਸਤੇ ਕਦੇ ਕੁਛ ਨਹੀਂ ਕਰਦਾ, ਇਹ ਮੀਂਹ ਪੈਂਦਾ ਆਪੇ ਹਟ ਜਾਂਦੀ ਹੈ। ਆਹ ਦੇਖੋ, ਆਹ ਤੁਸੀਂ ਦੇਖ ਸਕਦੇ ਹੋ ਗੋਭ ਦੀ ਕੀੜੀ ਹੈ। ਇਹਨਾਂ ਵਿੱਚੋਂ ਜੇ 4 ਡੱਕਿਆਂ ਨੂੰ ਵੀ ਮੇਰੇ ਹਿਸਾਬ ਨਾਲ ਗੋਭ ਦੀ ਕੀੜੀ ਪੈ ਜਾਵੇ, ਮੈਂ ਤਾਂ ਵੀ ਇਹ ਚਾਲੇ ਕੁਛ ਨਹੀਂ ਪਾਉਣਾ, ਮੈਂ ਗੋਭ ਦੀ ਕੀੜੀ ਵਾਸਤੇ ਕਦੇ ਵੀ ਕੁਛ ਨਹੀਂ ਪਾਉਂਦਾ। ਹਰ ਝਾੜ ਵੀ ਹੈ ਜਿਹੜਾ ਪੂਰਾ ਹੁੰਦਾ, ਇਹ ਮੇਰਾ ਐਕਸਪੀਰੀਅੰਸ ਆ, ਮੈਂ ਨਹੀਂ ਕਹਿੰਦਾ ਤੁਸੀਂ ਨਾ ਪਾਓ, ਪਹਿਲਾਂ ਦੇਖ ਕੇ। ਤਾਂ ਜਿਹੜੇ ਇਹਨੂੰ ਛਿੱਟਾ ਲੱਗਣਾ ਉਹ ਉਨਾ ਹੀ ਭਾਰਾ, ਉਨਾ ਹੀ ਜ਼ਿਆਦਾ ਉਹਨੂੰ ਦਾਣੇ ਲੱਗ ਜਾਣੇ ਨੇ। ਜੇ ਆਪਾਂ ਵੈਸੇ ਵੀ ਦੇਖੀਏ, ਤੁਸੀਂ ਇੱਕ ਇੱਕ ਸਾਰੇ ਬੰਦਿਆਂ ਨੂੰ ਮੈਂ ਬੇਨਤੀ ਕਰਦਾ, ਇੱਕ ਇੱਕ ਬੂਝਾ ਰੱਖ ਲਓ, ਬੂਝੇ ਉਹਨੂੰ ਨਿਸ਼ਾਨੀ ਲਾ ਲਓ, ਪਿੰਨ ਕਰ ਲਓ ਉਹਨੂੰ ਵੀ ਇੱਥੇ ਆ ਬੂਝਾ, ਜਿੰਨੇ ਉਹਦੇ 8 ਡੱਕੇ ਨੇ ਉਹਦੇ ਗਿਣ ਲਓ, ਅਤੇ ਉਹਦੇ ਬਾਅਦ 'ਚ ਛਿੱਟੇ ਦੇਖਿਓ ਵੀ ਉਹਨੂੰ ਛਿੱਟੇ ਕਿੰਨੇ ਆਉਣਗੇ। ਜੇ 30 ਬੂਝੇ ਨਾ ਤਾਂ ਛਿੱਟੇ 20-22 ਨੂੰ ਆਉਣੇ ਨੇ। ਗੱਲ ਫਿਰ ਉਹੀ ਆ ਕਿ ਜੇ ਮੰਨ ਕੇ ਚੱਲੋ 2-4 ਨੂੰ ਤੁਹਾਡੇ ਕੀੜੀ ਲੱਗ ਵੀ ਗਈ, ਤਾਂ ਇਹਦਾ ਕੋਈ ਮੇਰੇ ਹਿਸਾਬ ਨਾਲ ਨੁਕਸਾਨ ਨਹੀਂ, ਕੋਈ ਇਹ 'ਚ ਜ਼ਹਿਰ ਨਾ ਪਾਓ। ਉਹਦੇ ਨਾਲ ਨੁਕਸਾਨ ਕੀ ਹੁੰਦਾ, ਜਿਹੜੇ ਆਪਾਂ ਮਿੱਤਰ ਕੀੜੇ ਹਾਂ ਵਿਚਾਰੀ, ਆਹ ਛੋਟੇ ਛੋਟੇ ਫਿਰਦੇ ਨੇ ਇੱਥੇ, ਕਹੂੰ ਮੈਂ ਦਿਖ ਨਹੀਂ ਰਹੇ, ਇੱਕ ਤਾਂ ਉਹ ਮਰ ਜਾਂਦੇ ਨੇ, ਮੱਕੜੀ ਖਤਮ ਹੋ ਜਾਂਦੀ ਆ, ਔਰ ਜਦੋਂ ਤੁਹਾਡੀ ਉਹ ਦਾਣੇਦਾਰ ਜ਼ਹਿਰ ਦਾ ਜਿਹੜਾ ਅਸਰ ਹੈ ਉਹ ਖਤਮ ਹੁੰਦਾ, 20-30 ਦਿਨ ਰਹਿੰਦਾ ਉਹ ਤੋਂ ਬਾਅਦ ਐਂ ਜੀਰੀ ਨੂੰ ਤੇਲਾ ਪੈਂਦਾ, ਜਿਵੇਂ ਵੀ ਸ਼ਰਾਬੀ ਨੂੰ ਦਾਰੂ ਉੱਤਰ ਕੇ ਤੋੜ ਲੱਗਦੀ ਹੁੰਦੀ ਹੈ, ਉਵੇਂ ਡੱਕ ਡੱਕ ਕੇ ਉਹਨੂੰ ਉਹ ਪੈਂਦਾ। ਜਦੋਂ ਉਹ ਦਾਣੇਦਾਰ ਜ਼ਹਿਰ ਤੁਸੀਂ ਇੱਕ ਵਾਰ ਪਾ ਲਈ, ਜਦੋਂ ਉਹਦਾ ਨਸ਼ਾ ਜਿਹਾ ਜੀ ਝੋਨੇ ਨੂੰ ਤੁਹਾਡੇ ਨੂੰ ਉਤਰਿਆ, ਉਹ ਤੋਂ ਬਾਅਦ ਫਿਰ ਇਹ ਦੇਖ ਲਓ ਵੀ ਪੰਪ, ਅਸੀਂ ਤਾਂ ਇਹ ਤਜਰਬਾ ਕੀਤਾ, ਪੰਪ ਕੁੱਲ ਮਿਲਾ ਕੇ ਪਿੱਠ 'ਤੇ ਹੀ ਰਹਿੰਦਾ। ਫਿਰ ਜਿਹੜੀ ਸਪਰੇ ਆ ਉਹ ਤੁਹਾਨੂੰ ਨਾਲ ਦੀ ਨਾਲ ਕਰਨੀ ਪਊਗੀ, ਜਿਵੇਂ ਤੁਸੀਂ ਇੱਕ ਕੋਈ ਵੀ ਚੀਜ਼ ਉਹਨੂੰ, ਜੇ ਹੁਣ ਜੀਰੀ ਨੂੰ ਤੁਸੀਂ ਦੇ ਤੀ, ਇਹ ਉਹ ਇਨਸੈਕਟੀਸਾਈਡ ਆ, ਉਹਨੇ ਕੀ ਕਰਨਾ, ਆਪਣਾ ਕੰਮ ਕਰ ਦੇਣਾ। ਜਦੋਂ ਉਹਦਾ ਅਸਰ ਉਤਰਨਾ, ਫਸਲ ਹੀ ਜੀ ਅਡਿਕਟ ਹੋ ਜਾਂਦੀ ਹੈ ਉਹਨੂੰ, ਉਹਦੇ 'ਤੇ ਜਦੇ ਤੁਹਾਨੂੰ ਨਾਲ ਦੀ ਨਾਲ ਸਪਰੇ ਕਰਨੀ ਪਊਗੀ। ਆਹ ਦੇਖ ਲਓ ਆ ਗੋਭ ਕੀੜੀ ਆ, ਪਰ ਇਹਦਾ ਕੋਈ ਨੁਕਸਾਨ ਨਹੀਂ, ਜਿਹਦੇ ਵਿੱਚੋਂ 4 ਨੂੰ ਵੀ ਪੈ ਜਾਵੇ ਤਾਂ ਵੀ ਨੁਕਸਾਨ ਨਹੀਂ, ਤੁਸੀਂ ਦੇਖ ਸਕਦੇ ਹੋ। ਅਸੀਂ ਇਹਦੇ ਵਾਸਤੇ ਕਦੇ ਕੁਛ ਨਹੀਂ ਕਰਦੇ, ਮੇਨ ਚੀਜ਼ ਆ ਵੀ ਪਾਣੀ ਆ ਜਿਹੜਾ ਉਹਨੂੰ ਹਿਸਾਬ ਸੁਕਾਉਂਦੇ ਰਹੋ, 35 ਦਿਨ ਤੋਂ ਪਾਣੀ ਅਸੀਂ ਤਾਂ ਤੇੜਾਂ ਵੀ ਪਾੜ ਦਿੰਦੇ ਹਾਂ। ਆਹ ਜੀਰੀ 'ਚ ਕੁੱਲ 2 ਰੇਹ ਪਏ ਨੇ, ਤੁਸੀਂ ਹਿਸਾਬ ਲਾ ਲਓ, ਟਿੱਲਰ ਦੇਖ ਲਓ ਇਹਦਾ, ਇਹਦੇ ਵਿੱਚ ਹੁਣ ਮਾੜਾ ਹੀ ਰੇਹ ਦਾ ਜਿਹੜਾ ਉਹ ਛਾਣਾ ਦੇਣਾ, ਉਹ ਤੋਂ ਬਾਅਦ ਇਹਨੂੰ ਕੋਈ ਲੋੜ ਨਹੀਂ। ਸੋ ਮੈਂ ਦੁਬਾਰਾ ਬੇਨਤੀ ਕਰਦਾ, ਮੇਰਾ ਇਹ ਆਪਣਾ ਐਕਸਪੀਰੀਅੰਸ ਆ ਰੀਜੈਂਟ ਦਾ, ਕਲੋਰੋ ਦਾ ਅਤੇ ਪਦਾਨ ਦਾ, ਅਸੀਂ ਤਾਂ ਪਿਛਲੇ 4 ਸਾਲਾਂ ਤੋਂ ਬੰਦ ਕੀਤੀ ਹੋਈ ਆ। ਜੇ ਭਾਈ ਕਿਸੇ ਦੀ ਇਹਦੇ ਨਾਲ ਨਿਕਲਦੀ ਆ, ਖੇਤੀ ਦਾ ਕੋਈ ਸਟੈਂਡਰਡ ਨਹੀਂ, ਮੈਂ ਫਿਰ ਕਹਿੰਦਾ ਉਹ ਪਾ ਸਕਦਾ, ਆਪਾਂ ਕਿਸੇ ਨੂੰ ਰੋਕਦੇ ਨਹੀਂ, ਆਪਣਾ ਐਕਸਪੀਰੀਅੰਸ ਆ। ਜੇ ਤੁਸੀਂ ਚਾਹੁੰਦੇ ਹੋ ਤਾਂ ਇੱਕ ਅੱਧੇ ਏਕੜ 'ਤੇ ਤੁਸੀਂ ਇਹਨੂੰ ਕਰਕੇ ਆ ਜਿਹੜਾ
देख सकते हो अपने खेत दे विच। ठीक है जी, ये सी अज दी वीडियो। वीडियो देखने वास्ते बहुत बहुत धन्यवाद। जे चंगी लगती है जरूर शेयर करो, चंगी लगती है चैनल तो जरूर सबसक्राइब करो, तो अपना जिहड़ा फेसबुक ते इंस्टाग्राम उन्हूं भी लाइक ते फॉलो कर लो। सो बहुत कुछ ना कहिंदा होया थोड़ा खिमा दा जा चुका, बहुत बहुत धन्यवाद, रब रखा।